ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੀ ਕਵਰੇਜ ਲਈ ਸੰਪਰਕ ਕਰੋ ਗੌਰਵ ਗਰਗ ਸ਼ੇਰਪੁਰ, ਮੋਬਾਈਲ 94170-36301 ਅਤੇ 98141-36301। ਫਕੀਰੋ ਕੇ ਬਖਸ਼ਿਸ਼ ਇਹ ਤਖਤ ਪ੍ਰਾਚੀਨ ਉਦਾਸੀਨ ਡੇਰਾ ਗੁਰਦੁਆਰਾ ਗੁਫਾਸਰ ਸਾਹਿਬ ਰੋੜਗੜ੍ਹ ਰੋੜੇਵਾਲ ਸਾਹਿਬ ਜ਼ਿਲ੍ਹਾ ਪਟਿਆਲਾ ਵਿਖੇ ਸੰਤ ਬਾਬਾ ਪੂਰਨ ਦਾਸ ਮਹਾਰਾਜ ਜੀ ਦੀ 52ਵੀਂ ਸਾਲਾਨਾ ਬਰਸੀ ਬਹੁਤ ਹੀ ਸ਼ਰਧਾ ਨਾਲ ਮਨਾਈ ਗਈ। ਅਸਥਾਨ ਦੇ ਵਰਤਮਾਨ ਗੱਦੀ ਨਿਸ਼ੀਨ ਸੰਤ ਗੁਰਚਰਨ ਸਿੰਘ ਜੀ ਦੀ ਦੇਖਰੇਖ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਇਹਨਾਂ ਸਮਾਗਮਾਂ ਮੌਕੇ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਪੁੱਜੀਆਂ ਅਤੇ ਅਸਥਾਨ ਦੇ ਨਤਮਸਤਕ ਹੋ ਕੇ ਆਪਣਾ ਜੀਵਨ ਸਫਲ ਕੀਤਾ। ਹਰ ਬਿਨ ਪੌਣ ਸਹਾਈ ਮਨ ਕਾ, ਹਰ ਬਿਨ ਪੌਣ ਸਹਾਈ ਮਨ ਕਾ, ਮਾਤ ਪਿਤਾ ਪਾਈ ਸੁਤ ਬਨਤਾ, ਮਾਤ ਪਿਤਾ ਪਾਈ ਸੁਤ ਬਨਤਾ, ਹਿਤ ਲਾਗੋ ਸਭ ਬਨਤਾ, ਹਿਤ ਲਾਗੋ ਸਭ ਬਨਤਾ, ਹਰ ਬਿਨ ਕੌਣ ਸਹਾਈ ਮਨ ਕਾ, ਹਰ ਬਿਨ ਕੌਣ ਸਹਾਈ ਮਨ ਕਾ। ਕੋ ਕਿਛ ਤੁਲਹਾ ਬਾਂਧੋ, ਆ ਗਏ ਕੋ ਕਿਛ ਤੁਲਹਾ ਬਾਂਧੋ, ਕਿਆ ਪਰਵਾਹ ਸਾਧਨ ਕਾ, ਕਿਆ ਪਰਵਾਹ ਸਾ ਸਾ ਇਸ ਪਾਂਡੇ ਕਾ, ਕਹਾਂ ਬਿਸਾਸਾ ਇਸ ਪਾਂਡੇ ਕਾ, ਇਤਨਾ ਕੁਲਾ ਗੇ ਠੰਨ ਕਾ, ਇਤਨਾ ਕੁਲਾ ਸਹਾਈ ਮਨ ਕਾ, ਹਰ ਬਿਨ ਕੌਣ ਸਹਾਈ ਮਨ ਕਾ, ਮਾਤ ਪਿਤਾ ਪਾਈ ਸੁਤ ਬਨਤਾ, ਮਾਤ ਪਿਤਾ ਪਾਈ ਸੁਤ ਬਨਤਾ, ਹਿਤ ਲਾਗੋ ਸਭ ਬਨਤਾ, ਹਿਤ ਲਾਗੋ ਸਭ ਬਨਤਾ, ਹਰ ਬਿਨ ਕੌਣ ਸਹਾਈ ਮਨ ਕਾ, ਹਰ ਬਿਨ ਕੌਣ ਸਹਾਈ ਮਨ ਕਾ। ਇਸ ਮੌਕੇ ਅਰੰਭੇ ਪਾਠਾਂ ਦੇ ਭੋਗ ਪਾਏ ਗਏ। ਵੱਖ ਵੱਖ ਕੀਰਤਨੀ ਜਥਿਆਂ ਸਾਰੇ ਸੰਪਰਦਾ ਦੇ ਮਹਾਂਪੁਰਸ਼ਾਂ ਤੋਂ ਇਲਾਵਾ ਅਸਥਾਨ ਦੇ ਮੌਜੂਦਾ ਗੱਦੀ ਨਸ਼ੀਨ ਸ਼੍ਰੀ ਮਾਨ ਸੰਤ ਬਾਬਾ ਗੁਰਚਰਨ ਸਿੰਘ ਜੀ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਮਹਿਮਾ ਸੰਤਾਂ ਦੀ, ਮਹਿਮਾ ਸੰਤਾਂ ਦੀ, ਮਹਿਮਾ ਸੰਤਾਂ ਦੀ, ਮਹਿਮਾ ਸੰਤਾਂ ਦੀ,
ਮਹਿਮਾ ਸੰਤਾਂ ਦੀ ਆ ਮਹਿਮਾ ਸੰਤਾਂ ਦੀ ਮਹਿਮਾ ਸੰਤਾਂ ਦੀ ਮਹਿਮਾ ਸੰਤਾਂ ਦੀ ਮੇਰੇ ਮੀਤਾ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਉਹਨਾਂ ਨੂੰ ਧੰਨ ਕਿਹਾ ਗਿਆ ਹੈ ਜਿਨ੍ਹਾਂ ਨੇ ਮਿੱਠੀ ਬਾਣੀ ਨਿੱਘੀ ਬਾਣੀ ਕੰਠ ਕੀਤੀ ਮੇਰੇ ਗੁਰੂ ਦੇ ਬਖਸ਼ਿਸ਼ ਦਾਤੇ ਸ਼੍ਰੀਮਾਨ 111 ਸੰਤ ਬਾਬਾ ਬਲਵੰਤ ਸਿੰਘ ਜੀ ਸਿੱਧਸਰ ਸਿਹੋੜਾ ਸਾਹਿਬ ਪ੍ਰਾਚੀਨ ਉਦਾਸੀਨ ਡੇਰਾ ਗੁਰਦੁਆਰਾ ਗੁਫਾ ਸਾਰ ਰੋੜਗੜ੍ਹ ਰੋੜੇਵਾਲ ਸਾਹਿਬ ਦੀ ਧਰਤੀ ਦੇ ਬਾਬਾ ਪੂਰਨ ਦਾਸ ਜੀਆਂ ਦੀ ਖਿੱਚ ਪੈਣੀ ਅਗਨੀ ਜਿੰਦੜੀਏ ਤੇਰੇ ਸੰਗ ਹੋ ਗਿਆ ਪੂਰਿਆਂ ਦਾ ਅਗਨੀ ਜਿੰਦੜੀਏ ਤੇਰੇ ਸੰਗ ਹੋ ਗਿਆ ਪੂਰਿਆਂ ਦਾ ਜਿਨ੍ਹਾਂ ਨੇ ਸਵਾਸ ਸਵਾਸ ਨਾਮ ਜਪਿਆ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਦਿਆ ਆਪਣੇ ਗੁਰੂ ਦੇਵ ਨਗਰ ਤਤੌਂਦੇ ਤੋਂ ਉਦਾਸੀਨ ਡੇਰਾ ਸੰਤ ਬਾਬਾ ਕਿਸ਼ਨ ਦਾਸ ਜੀਆਂ ਤੋਂ ਵਿੱਦਿਆ ਲਈ ਅੱਗੇ ਬਾਬਾ ਬੀਰਮਦਾਸ ਜੀਆਂ ਦਾ ਮਿਲਾਪ ਹੋਣਾ ਮੇਰੇ ਗੁਰੂ ਦੇਵ ਜੀਆਂ ਨੇ ਕੈਸਟਾਂ ਦੇ ਵਿੱਚ ਸਭ ਕੁਛ ਦੱਸਿਆ ਹੈ ਕਿ ਪਹਿਲਾਂ ਨਾਮ ਕੀ ਸੀ ਬਾਬਾ ਜੀਆਂ ਦਾ ਮਾਲਵਾ ਇਤਿਹਾਸ ਦੀ ਪੋਥੀ 34 ਸੈਂਚੀ ਦੇ ਵਿੱਚ ਦੱਸਿਆ ਕਿ ਫਤਿਹ ਸਿੰਘ ਸੀ ਫਿਰ ਜਿਸ ਵਕਤ ਕਮਾਈ ਕੀਤੀ ਨਾਮ ਸ਼ਬਦ ਦੀ ਆਪਣੇ ਗੁਰੂ ਦੇਵ ਦਾ ਬਚਨ ਘਾਲਣਾ ਘਾਲੀ 12 ਸਾਲ ਬਾਅਦ ਬਚਨ ਇਹੀ ਹੋਇਆ ਸੀ ਕਿ ਤੇਰਾ ਨਾਮ ਪੂਰਨ ਦਾਸ ਰੱਖ ਦਿੱਤਾ ਹੁਣ ਤੂੰ ਪੂਰਨ ਹੋ ਗਿਆ ਸੰਤ ਮਹਾਰਾਜ ਵੱਡਿਆਂ ਦੀ ਹੈ ਗੁਰਪੂਰਾ 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 ਮੇਰਾ ਗੁਰਪੂਰਾ 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 ਮੇਰਾ ਗੁਰਪੂਰਾ
ਤੇ ਬੜਾ ਦਿਲ ਲੱਗਦਾ ਹੈ। ਮੈਂ ਗਿਆਨੀ ਜੀਆਂ ਦੇ ਨਾਲ ਗਿਆ ਸਾਥ, ਉੱਥੋਂ ਆਉਣ ਨੂੰ ਦਿਲ ਨਹੀਂ ਕਰਦਾ। ਜਿਸ ਬਰੋਟੇ ਪਿੱਪਲ ਦੇ ਹੇਠ ਬੈਠ ਕੇ ਰਾਤ ਨੂੰ ਮਹਾਂਪੁਰਖ ਸਿਓੜਾ ਸਾਹਿਬ ਵਾਲੇ ਨਾਮ ਜਪਿਆ ਕਰਦੇ, ਉੱਥੇ ਚੌਂਕ ਬਣਾ ਦਿੱਤਾ ਅੰਦਰ ਗੁਰਦੁਆਰਾ ਸਾਹਿਬ ਦੇ ਕੋਲ, ਉੱਥੋਂ ਹਿੱਲਣ ਨੂੰ ਦਿਲ ਨਹੀਂ ਸੀ ਕਰਦਾ। ਉਰੇ ਪੜ੍ਹਦੇ ਉੱਥੇ ਵੀ ਤੇ ਇੱਥੇ ਵੀ ਕਿਸੇ ਰਿਸ਼ੀ ਨੇ ਤਪੱਛਿਆ ਕੀਤੀ ਹੈ। ਗੁਰਾਂ ਨੇ ਤਪੱਛਿਆ ਕੀਤੀ ਹੈ, ਗੁਰਾਂ ਨੇ ਤਪੱਛਿਆ ਭਾਈ ਕੀਤੀ ਹੈ। ਧਰਤੀ ਨੂੰ ਰੰਗ ਚੜਿਆ ਇੱਥੇ, ਗੁਰਾਂ ਨੇ ਤਪੱਛਿਆ ਕੀਤੀ। ਧਰਤੀ ਨੂੰ ਰੰਗ ਚੜਿਆ, ਉਹ ਧਰਤੀ ਭਾਗਾਂ ਵਾਲੀ ਧਰਤੀ ਜਿੱਥੇ ਬਾਬਾ ਠਾਕੁਰ ਦਾਸ ਜੀ, ਬਾਬਾ ਦੇਵਾਦਾਸ, ਗੁਰਮੁਖ ਦਾਸ ਜੀ ਮਹਾਰਾਜ ਝੇਰੇ ਵਾਲੇ, ਪਰਮਾਨੰਦ ਜੀ, ਤੂੰਬੀ ਪ੍ਰਕਾਸ਼, ਬਾਬਾ ਪੂਰਨਦਾਸ ਜੀ, ਬੋਰੀਆਂ ਵਾਲੇ ਮਹਾਰਾਜ, ਮੌਜਗਿਰ ਜੀ, ਇਸ ਧਰਤੀ 'ਤੇ ਵਿਚਰਨ ਵਾਲੇ ਬਾਬਾ ਰੰਗੀ ਰਾਮ ਜੀ, ਮੁਨੀ ਰਾਧਾ ਰਾਮ ਜੀ, ਗੁਰੂ ਸਰ ਲਵਾਣਾ, ਇਹਨਾਂ ਫਕੀਰਾਂ ਦੇ ਵਿੱਚੋਂ ਬਖਸ਼ਿਸ਼ਾਂ ਹੋਈਆਂ ਤਾਂ ਆਪਣੇ ਗੁਰੂਦੇਵ ਦਾਸ ਸਾਰੇ ਉਮਰੇ ਜਿਤਨੇ ਸਵਾਸ ਸੀ ਹਰ ਇੱਕ ਕੈਸ਼ ਦੇ ਵਿੱਚ, ਬਾਬਾ ਪੂਰਨਦਾਸ ਜੀਆਂ ਦਾ ਨਾਮ, ਬਾਬਾ ਬੀਰਮਦਾਸ ਜੀਆਂ ਦਾ, ਔਰ 20ਵੀਂ ਸਦੀ ਦੇ ਅਵਤਾਰ ਸੰਤ ਮਹਾਰਾਜ ਸੰਤ ਆਤਰ ਸਿੰਘ ਜੀ ਮਹਾਰਾਜ ਗੁਰਸਾਗਰ ਮਸਤਵਾਣਾ ਸਾਹਿਬ ਦਾ। ਇਸ ਮੌਕੇ ਸ਼੍ਰੀ ਹੀਰਾਪੁਰੀ ਜੀ ਮਹਾਰਾਜ, ਬੜਾ ਹਨੂਮਾਨ ਘਾਟ ਕਾਸ਼ੀਕਾ, ਸ਼੍ਰੀ ਦਿਨੇਸ਼ਗਿਰੀ ਜੀ ਮਹਾਰਾਜ ਫਤਿਹਪੁਰ ਰਾਜਸਥਾਨ, ਸ਼੍ਰੀ ਕਾਨਪੁਰੀ ਜੀ ਮਹਾਰਾਜ ਚੂਰੂ, ਸ਼੍ਰੀ ਬਲਦੇਵ ਦਾਸ ਜੀ ਮਹਾਰਾਜ ਰਾਜਸਥਾਨ, ਸ਼੍ਰੀ ਪੋਸ਼ਪਾਲ ਜੀ ਰਾਜਸਥਾਨ, ਸਮੂਹ ਭੇਖ ਭਗਵਾਨ, ਮਹੰਤ ਪ੍ਰੀਤਮ ਦਾਸ ਜੀ ਮਕਸੂਦੜਾ, ਮਹੰਤ ਬਲਵਿੰਦਰ ਦਾਸ ਜੀ ਮੁੱਲਾਪੁਰ, ਮਹੰਤ ਠਾਕੁਰ ਦਾਸ ਜੀ ਘਰਾਚੋਂ, ਮਹੰਤ ਗਰੀਬ ਦਾਸ ਜੀ ਮੰਗਵਾਲ, ਬਾਬਾ ਬਲਜੀਤ ਸਿੰਘ ਜੀ ਫੱਕਰ ਅਤੇ ਸੰਤ ਜਸਦੇਵ ਸਿੰਘ ਲੋਹਟਵੱਦੀ ਵੀ ਹਾਜ਼ਰ ਸਨ। ਭੋਗ ਪੈਣ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਵੀ ਕੀਤੀਆਂ ਗਈਆਂ ਅਤੇ ਹੁਕਮਨਾਮੇ ਵੀ ਲਏ ਗਏ। ਸਗਲ ਧਰਮ ਪੁੰਨ ਫਲ ਪਾਵੋ, ਸਗਲ ਧਰਮ ਪੁੰਨ ਫਲ ਪਾਵੋ, ਤੁਰਬਾਂ ਛੋ ਸਭ ਜਨ ਕਾ ਸੁਨੋ ਰੇ ਸੰਤੋ,
ਕਬੀਰ ਸੁਣੋ ਰੇ ਸੰਤੋ ਏ ਮਨ ਉੱਡਨ ਪੰਖੇਰੂ ਬਨ ਕਾ। ਉਪਰੰਤ ਪੁੱਜੇ ਮਹਾਂਪੁਰਸ਼ਾਂ ਨੂੰ ਸੰਤ ਬਾਬਾ ਗੁਰਚਰਨ ਸਿੰਘ ਜੀ ਵੱਲੋਂ ਸਰੋਪਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਉਡਨ ਪੰਖੇਰੂ ਬਨ ਕਾ, ਉਡਨ ਪੰਖੇਰੂ ਬਨ ਕਾ, ਉਡਨ ਪੰਖੇਰੂ ਬਨ ਕਾ, ਹਰ ਬਿਨ ਸਾਡੇ ਰਿਪੋਰਟਰ ਗੌਰਵ ਗਰਗ ਸ਼ੇਰਪੁਰ ਨਾਲ ਗੱਲਬਾਤ ਕਰਦਿਆਂ ਸੰਤ ਬਾਬਾ ਗੁਰਚਰਨ ਸਿੰਘ ਜੀ ਨੇ ਆਪਣੇ ਵਿਚਾਰ ਰੱਖੇ। ਸੰਤ ਬਾਬਾ ਪੂਰਨ ਦਾਸ ਜੀ ਦੀ 52ਵੀਂ ਬਰਸ਼ੀ ਪ੍ਰਥਾਏ ਇਲਾਕੇ ਦੀਆਂ ਸੰਗਤਾਂ, ਸੰਤ ਖਾਲਸਾ ਦਲ ਦੇ ਜਥੇਦਾਰ ਸਾਹਿਬਾਨ, ਨਗਰ ਨਿਵਾਸੀ, ਸਾਰੀਆਂ ਸੰਗਤਾਂ ਨੇ ਮਿਲ ਜੁਲ ਕੇ, ਜੋ ਨਗਰ ਦੇ ਸਰਪੰਚ ਸਾਹਿਬ, ਸਮੂਹ ਪੰਚਾਇਤ, ਸਾਰਿਆਂ ਨੇ ਮਿਲ ਜੁਲ ਕੇ ਅਸੀਂ ਬਾਬਾ ਪੂਰਨ ਦਾਸ ਜੀ ਦੀ 52ਵੀਂ ਵਰਸ਼ੀ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਿਡ ਭਾਗੀ ਪਾਏ, ਕੋਟ ਜਨਮ ਕੇ ਕਿਲ ਵਿਖਨਾਸੇ ਹਰ ਚਰਨੀ ਚਿੱਤ ਲਾਏ। ਸੰਤ ਮਹਾਰਾਜ ਜੀਆਂ ਨੇ ਪ੍ਰਚਾਰ ਕੀਤਾ ਗੁਰੂ ਦੀ ਬਾਣੀ ਦਾ ਅਤੇ ਲੰਗਰ ਚਲਾਏ। ਅੱਜ ਵੀ ਉਸੇ ਤਰ੍ਹਾਂ ਉਸੇ ਮਾਰਗ 'ਤੇ ਖੂਨਦਾਨ ਕੈਂਪ, ਲੰਗਰ ਭੰਡਾਰੇ, ਆਏ ਸਾਧੂਆਂ ਦੀ ਸੇਵਾ ਔਰ ਸੰਗਤ ਵਾਸਤੇ ਸਾਰੀਆਂ ਸਹੂਲਤਾਂ, ਜੈਸੇ ਰਾਜਸਥਾਨ ਤੋਂ ਵੀ ਸਾਧੂ, ਭਗਵਾਨ ਭੇਖ ਮੰਡਲ, ਸਿੱਖ ਸੰਪਰਦਾਵਾਂ, ਸਾਰੇ ਸਾਧੂਆਂ ਨੇ ਆ ਕੇ ਸੰਤ ਬਾਬਾ ਪੂਰਨ ਦਾਸ ਜੀ ਦੀ 52ਵੀਂ ਵਰਸ਼ੀ 'ਤੇ ਸ਼ਰਧਾਂਜਲੀਆਂ ਭੇਟ ਕੀਤੀਆਂ ਔਰ ਸਵੀਲਾਂ ਚੱਲੀਆਂ। ਬਹੁਤ ਲੰਗਰ ਭੰਡਾਰਿਆਂ ਦੇ ਵਿੱਚ ਹਿੱਸੇ ਲਏ, ਜਥੇਦਾਰ ਸਾਹਿਬਾਂ ਨੇ ਬੜੀ ਸੇਵਾ ਸੰਗਤਾਂ ਨੇ ਕੀਤੀ, ਬੜੇ ਜੋੜ ਮੇਲਾ, ਬਾਬਾ ਜੀਆਂ ਦੀ ਵਰਸ਼ੀ ਬਹੁਤ ਅੱਛੇ ਤਰੀਕੇ ਨਾਲ, ਸੋਹਣੇ ਸੁਚੱਜੇ ਢੰਗ ਤਰੀਕੇ ਨਾਲ ਮਨਾਈ ਗਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇਵਾਦਾਰ ਆਉਂਦੀਆਂ ਸੰਗਤਾਂ ਦੇ ਵਾਹਨਾਂ ਦੀ ਸਹੀ ਪਾਰਕਿੰਗ, ਉਹਨਾਂ ਦੇ ਜੋੜਿਆਂ ਦੀ ਸਾਂਭ ਸੰਭਾਲ ਦੀ ਸੇਵਾ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾ ਕੇ ਜਲ ਛਕਾਉਣ ਦੀ ਸੇਵਾ ਬਹੁਤ ਹੀ ਤਨਦੇਹੀ ਨਾਲ ਨਿਭਾ ਰਹੇ ਸਨ। ਬੀਬੀਆਂ ਤੇ ਸੇਵਾਦਾਰਾਂ ਵੱਲੋਂ ਤਿਆਰ ਕੀਤੇ ਗੁਰੂ ਕੇ ਲੰਗਰ ਸਾਰੇ ਮਹਾਂਪੁਰਸ਼ਾਂ ਅਤੇ ਸੰਗਤਾਂ ਨੇ ਇਕੱਠੇ ਵੜ ਕੇ ਛਕਿਆ। ਪੰਖੇਰੂ ਬਨ ਕਾ, ਹਰ ਬਿਨ ਕੌਣ ਸਹਾਈ ਮਨ ਕਾ, ਹਰ ਬਿਨ ਕੌਣ ਸਹਾਈ ਮਨ ਕਾ, ਮਾਤ ਪਿਤਾ ਪਾਈ ਸੁਤ ਬਨਤਾ, ਮਾਤ ਪਿਤਾ ਪਾਈ ਸੁਖ ਬਨਤਾ, ਹਿਤ ਲਾਗੋ ਸਭ ਬਨਤਾ, ਹਿਤ ਲਾਗੋ ਸਭ ਬਨਤਾ, ਹਰ ਬਿਨ ਕੌਣ ਸਹਾਈ ਮਨ ਕਾ, ਹਰ ਬਿਨ ਕੌਣ ਸਹਾਈ। ਪਿੰਡ ਰੋੜਗੜ੍ਹ ਰੋੜੇਵਾਲ ਸਾਹਿਬ, ਜ਼ਿਲ੍ਹਾ ਪਟਿਆਲਾ ਦੀ ਧਰਤੀ 'ਤੇ ਸਫਲਤਾਪੂਰਨ ਸੰਪੰਨ ਹੋਏ ਇਹਨਾਂ ਸਮਾਗਮਾਂ ਦੀ ਸਮਾਪਤੀ 'ਤੇ ਵਿਸ਼ਾਲ ਕੁਸ਼ਤੀ ਦੰਗਲ ਵੀ ਕਰਵਾਇਆ ਗਿਆ, ਜਿਸ ਵਿੱਚ ਨਾਮੀ ਭਲਵਾਨਾਂ ਦੇ ਭੇੜ ਦੇਖਣ ਨੂੰ ਮਿਲੇ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਗੁਰਦੁਆਰਾ ਵੱਡਾ ਘੱਲੂਘਾਰਾ ਸਾਹਿਬ ਪਿੰਡ ਰੋਹੀੜਾ ਜ਼ਿਲ੍ਹਾ ਸੰਗਰੂਰ ਵਿਖੇ ਸਮੂਹਿਕ ਆਨੰਦ ਕਾਰਜ ਸਮਾਰੋਹ 10 ਜੂਨ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਹਨਾਂ ਸਮਾਗਮਾਂ ਦੀ ਦੇਖ ਰੇਖ ਬਾਬਾ ਜਗਤਾਰ ਸਿੰਘ ਜੀ ਅਤੇ ਬਾਬਾ ਕਿਰਪਾਲ ਸਿੰਘ ਜੀ ਕਰ ਰਹੇ ਹਨ। ਸਮੂਹ ਸੰਗਤ ਆਪਣਾ ਯੋਗਦਾਨ ਪਾ ਕੇ ਆਪਣਾ ਜੀਵਨ ਸਫਲ ਬਣਾਉਣ ਵੱਲੋਂ ਵੱਡਾ ਘੱਲੂਘਾਰਾ ਕਲੱਬ ਪਿੰਡ ਰੋਹੀੜਾ ਜ਼ਿਲ੍ਹਾ ਸੰਗਰੂਰ। ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੀ ਕਵਰੇਜ ਲਈ ਸੰਪਰਕ ਕਰੋ ਗੌਰਵ ਗਰਗ ਸ਼ੇਰਪੁਰ। ਮੋਬਾਈਲ 94170 36301 ਅਤੇ 98141 36301।